ਅਕਸਰ ਫਿਲਮਾਂ ਦੇ ਟ੍ਰੇਲਰ ਧੋਖੇਬਾਜ਼ ਹੁੰਦੇ ਨੇ। ਹਰਜੀਤਾ, ਖਿੱਦੋ ਖੂੰਡੀ, ਸੱਜਣ ਸਿੰਘ ਰੰਗਰੂਟ, ਮੇਜਰ ਜੋਗਿੰਦਰ ਸਿੰਘ ਦੇ ਟ੍ਰੇਲਰਾਂ ਅਤੇ ਫਿਲਮਾਂ ਨੇ ਜਿੰਨੇ ਵੱਡੇ ਧੋਖੇ ਦਿੱਤੇ ਉਹਨਾਂ ਤੋਂ ਮੈਂ ਸ਼ਾਇਦ ਕਦੀ ਉੱਭਰ ਨਾ ਸਕਾਂ। ਅਤੇ ਇਹੋ ਜਿਹਾ ਹੀ ਧੋਖਾ ਦਿੱਤਾ ਹੈ ਰਾਣਾ ਰਣਬੀਰ ਦੀ ਫਿਲਮ ਆਸੀਸ ਦੇ ਟ੍ਰੇਲਰ ਨੇ। ਬਸ ਫਰਕ ਇੰਨਾ ਹੈ ਕਿ ਟ੍ਰੇਲਰ ਦੇਖ ਕੇ ਮੈਨੂੰ ਫਿਲਮ ਤੋਂ ਕੋਈ ਬਹੁਤੀ ਆਸ ਨਹੀਂ ਬੱਝੀ ਸੀ, ਪਰ ਇਸ ਟ੍ਰੇਲਰ ਨੇ ਐਸਾ ਧੋਖਾ ਦਿੱਤਾ ਕਿ ਫਿਲਮ ਟ੍ਰੇਲਰ ਨਾਲੋਂ ਕਿਤੇ ਜ਼ਿਆਦਾ ਚੰਗੀ ਸਾਬਤ ਹੋ ਗਈ। ਮੈਂ ਆਪਣੀ ਸੀਟ ਦੇ ਪਿੱਛੋਂ ਆਵਾਜ਼ ਸੁਣੀ, ਰਾਣਾ ਰਣਬੀਰ ਤੋਂ ਇੰਨੀ ਜ਼ਿਆਦਾ ਉਮੀਦ ਤਾਂ ਹੈ ਨਹੀਂ ਸੀ। ਜੇ ਪੰਜਾਬੀ ਫਿਲਮਾਂ ਦੇ ਟ੍ਰੇਲਰ ਇਹੋ ਜਿਹੇ ਧੋਖੇ ਦੇਣ ਲੱਗ ਜਾਣ ਤਾਂ ਮੈਂ ਰੋਜ਼ ਧੋਖਾ ਖਾਣ ਨੂੰ ਤਿਆਰ ਹਾਂ। ਸੋ ਗੱਲ ਕਰਦੇ ਹਾਂ ਫਿਲਮ ਆਸੀਸ ਦੀ ਕਹਾਣੀ ਦੀ। ਬਹੁਤ ਹੀ ਸਿੰਪਲ ਅਤੇ ਪ੍ਰਡਿਕਟੇਬਲ ਕਹਾਣੀ ਹੈ। ਇੱਕ ਪੁੱਤ ਵੱਲੋਂ ਆਪਣੀ ਮਾਂ ਦੀਆਂ ਰੀਝਾਂ ਪੂਰੀਆਂ ਕਰਨ ਦੀ ਕਹਾਣੀ, ਇੱਕ ਮਾਂ ਦੇ ਆਪਣੇ ਗੁਆਚੇ ਪੁੱਤ ਨੂੰ ਲੱਭਣ ਦਾ ਸਫ਼ਰ। ਪਿੰਡ ਰਹਿੰਦੀ ਬੀਬੀ ਸਿੰਘ ਕੌਰ ਦੇ 5 ਧੀਆਂ ਪੁੱਤ ਨੇ। ਸਿਰ ਦਾ ਸਾਈਂ ਨਹੀਂ ਹੈ, ਮਾਂ ਕੋਲ ਰਹਿੰਦਾ ਆਸੀਸ, ਭੋਲਾ ਭਾਲਾ, ਰੱਬ ਦਾ ਬੰਦਾ, ਮਾਂ ਦਾ ਲਾਡਾ, ਛੜਾ ਅਤੇ ਵਿਹਲਾ। ਬਾਕੀ ਚਾਰੇ ਵਿਆਹੇ ਵਰੇ, ਨੌਕਰੀਆਂ ਲੱਗੇ, ਸ਼ਹਿਰ ਰਹਿੰਦੇ ਅਤੇ ਜ਼ਮੀਨ ਜਾਇਦਾਦ ਦੇ ਲਾਲਚੀ ਅਤੇ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਸਿਆਣੇ ਪੈਣੇ। ਕਹਾਣੀ ਫਲੈਸ਼ਬੈਕ ਵਿੱਚ ਸ਼ੁਰੂ ਹੁੰਦੀ ਹੈ। ਇੱਕ ਰਾਤ ਮਾਂ ਦੀਆਂ ਰੀਝਾਂ ਪੂਰੀਆਂ ਕਰਨ ਆਸੀਸ ਘਰੋਂ ਗਿਆ ਅਤੇ ਇੱਕ ਐਸੀ ਮੁਸੀਬਤ 'ਚ ਫਸ ਗਿਆ ਕਿ ਕਈ ਦਿਨ ਘਰੇ ਨਹੀਂ ਮੁੜਿਆ। ਇੱਧਰ ਆਸੀਸ ਆਖਰੀ ਸਾਹ ਲੈ ਰਿਹਾ ਅਤੇ ਉੱਧਰ ਮਾਂ ਲਾਡੇ ਪੁੱਤ ਨੂੰ ਲੱਭਦੀ ਮਰਨ ਕੰਢੇ ਪੁੱਜਦੀ ਜਾਂਦੀ ਹੈ। ਇੱਥੋਂ ਹੀ ਕਹਾਣੀ ਫਲੈਸ਼ਬੈਕ ਵਿੱਚ ਜਾਂਦੀ ਹੈ। ਆਖਰ ਆਸੀਸ ਕਿਉਂ ਅਤੇ ਕਿਵੇਂ ਇਸ ਮੁਸੀਬਤ ਵਿੱਚ ਫਸਿਆ, ਆਖਰ ਉਹ ਕਿੱਥੇ ਹੈ ਅਤੇ ਕਿਵੇਂ ਨਿਕਲੇਗਾ। ਬਾਕੀ ਧੀਆਂ ਪੁੱਤਰ ਸਾਥ ਛੱਡ ਕੇ ਪੁਲਿਸ ਰਾਹ ਨਹੀਂ ਦਿੰਦੀ, ਬੁੱਢੜੀ ਬਿਮਾਰ ਲਾਚਾਰ ਮਾਂ ਆਪਣੇ ਪੁੱਤ ਨੂੰ ਲੱਭਣ ਲਈ ਕਰੇ ਅਤੇ ਕੀ ਕਰੇ। ਬਹੁਤ ਸ਼ਾਨਦਾਰ, ਸੰਘਣਾ, ਸਸਪੈਂਸ, ਜ਼ੋਰਦਾਰ ਸ਼ੁਰੂਆਤ ਜਿਹੜੀ ਤੁਹਾਨੂੰ ਐਂਡ ਤੱਕ ਸੋਚਣ ਲਈ ਮਜਬੂਰ ਕਰ ਦੇਵੇ ਕਿ ਹੁਣ ਹੋਏਗਾ ਕੀ ਹੋਏਗਾ। ਉਸ ਲਈ ਤਾਂ ਤੁਹਾਨੂੰ ਫਿਲਮ ਦੇਖਣੀ ਪਏਗੀ। ਉਸ ਤੋਂ ਅੱਗੇ ਫਿਲਮ ਦੇ 2 ਮੇਜਰ ਟਵਿਸਟ। ਰਾਣੇ ਦਾ ਉਸ ਘਰ ਵਿੱਚ ਉਸ ਮੰਜੀ 'ਤੇ ਪਹੁੰਚ ਜਾਣਾ ਜਿੱਥੇ ਉਮੀਦ ਵੀ ਨਹੀਂ ਕੀਤੀ ਜਾ ਸਕਦੀ, ਅਤੇ ਫਿਰ ਇੰਟਰਵਲ ਤੋਂ ਐਨ ਪਹਿਲਾਂ ਉਸ ਘਰ ਦਾ ਇੱਕ ਰਾਜ਼ ਖੋਲ੍ਹਣਾ ਜੋ ਕਹਾਣੀ ਨੂੰ ਹੋਰ ਵੀ ਸੰਘਣਾ ਬਣਾ ਦਿੰਦਾ। ਵੈਸੇ ਤਾਂ ਕਹਾਣੀ ਨੂੰ ਮਾਂ ਪੁੱਤ ਦੇ ਰਿਸ਼ਤੇ ਦੀ ਕਹਾਣੀ ਵਜੋਂ ਪ੍ਰੋਜੈਕਟ ਕੀਤਾ ਗਿਆ, ਪਰ ਮੈਨੂੰ ਇਹ ਕਹਾਣੀ ਇੱਕ ਔਰਤ ਸਿੰਘ ਕੌਰ ਦੀ ਹੋਣੀ ਦੀ ਕਹਾਣੀ ਲੱਗੀ ਹੈ, ਜਿਸ ਵਿੱਚ ਪੁੱਤਰ ਇੱਕ ਛੋਟੀ ਜਿਹੀ ਭੂਮਿਕਾ ਨਿਭਾ ਰਿਹਾ। ਸਿੰਘ ਕੌਰ ਬਤੌਰ ਧੀ ਦਾਣਾ ਪਾਣੀ ਦੀ ਬਸੰਤ ਕੌਰ ਦੀ ਯਾਦ ਕਰਾਉਂਦੀ ਹੈ ਅਤੇ ਬਤੌਰ ਮਾਂ ਪੰਜਾਬ 1984 ਦੇ ਸ਼ਿਵੇ ਦੀ ਮਾਂ ਸਤਵੰਤ ਕੌਰ ਦੀ। ਸਿੰਘ ਕੌਰ ਆਪਣੇ ਪੇਕਿਆਂ ਨੂੰ ਮਿਲਣ ਨੂੰ ਤਰਸਦੀ ਹੈ ਅਤੇ ਆਖਰ ਆਪਣਾ ਪੁੱਤ ਵੀ ਗਵਾ ਲੈਂਦੀ ਹੈ, ਉਹ ਪੁੱਤ ਜੋ ਮਾਂ ਦੀਆਂ ਰੀਝਾਂ ਦੀ ਬੇੜੀ ਨੂੰ ਕਿਤੇ ਪਾਰ ਲਾਉਣਾ ਚਾਹੁੰਦਾ। ਇਸ ਤਰ੍ਹਾਂ ਗੁੰਨੀ ਹੋਈ ਕਹਾਣੀ ਨਾਲ ਬਤੌਰ ਫਿਲਮ ਲੇਖਕ ਰਾਣਾ ਰਣਬੀਰ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਉਹ ਸਕਰੀਨ ਰਾਈਟਿੰਗ ਲਈ ਬਣਿਆ, ਜਿਸ ਦੀ ਝਲਕ ਉਸ ਦੀਆਂ ਲਿਖੀਆਂ ਪਿਛਲੀਆਂ ਫਿਲਮਾਂ ਅਤੇ ਆਪਣੇ ਨਾਵਲਟ 20 ਨਵੰਬਰ ਵਿੱਚ ਉਹ ਦਿਖਾ ਚੁੱਕਿਆ, ਜਿਹੜਾ ਨਾਵਲਟ ਘੱਟ ਅਤੇ ਫਿਲਮੀ ਜ਼ਿਆਦਾ ਸੀ। ਜਿਹੜੇ ਵੱਖਰੀਆਂ ਅਤੇ ਮੀਨਿੰਗ ਫਿਲਮਾਂ ਬਣਾਉਣ ਦਾ ਦਾਅਵਾ ਕਰਦੇ ਨੇ ਉਹਨਾਂ ਨੂੰ ਸਟੋਰੀ ਟੈਲਿੰਗ ਲਈ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਰਾਣਾ ਰਣਬੀਰ ਨੇ ਇੱਕ ਖੂਬਸੂਰਤ ਡਾਇਲੋਗ ਲਿਖਿਆ ਜੋ ਸਰਦਾਰ ਸੋਹੀ ਨੇ ਅਦਾ ਕੀਤਾ ਕਿ ਬੰਦਾ ਇੱਕ ਖਾਨਾ ਬਣਾ ਲੈਂਦਾ ਅਤੇ ਸਾਰੀ ਉਮਰ ਉਸੇ ਵਿੱਚ ਰਹਿੰਦਾ। ਇਹ ਫਿਲਮ ਸਟੋਰੀ ਟੈਲਿੰਗ ਦੇ ਮਾਮਲੇ ਵਿੱਚ ਉਹ ਖਾਨਾ ਤੋੜਦੀ ਹੈ, ਪਰ ਉਹ ਇਸ ਕਹਾਣੀ ਦੇ ਕਿਰਦਾਰਾਂ ਨੂੰ ਇੱਕ ਖਾਨੇ ਵਿੱਚ ਬੰਦ ਵੀ ਕਰ ਦਿੰਦੀ ਹੈ, ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕੋ ਜਿਹੇ ਹੀ ਰਹਿੰਦੇ ਹਨ। ਸਟੋਰੀ ਦੀ ਜਰਨੀ ਚੱਲਦੀ ਰਹਿੰਦੀ ਹੈ ਪਰ ਕਿਰਦਾਰ ਨਹੀਂ ਬਦਲਦੇ। ਮਾਂ ਕਹਿੰਦੀ ਤਾਂ ਹੈ ਕਿ ਉਸ ਲਈ ਸਾਰੇ ਬੱਚੇ ਬਰਾਬਰ ਨੇ, ਪਰ ਸ਼ੁਰੂ ਤੋਂ ਇੱਕ ਪੁੱਤ ਉਸਦਾ ਲਾਡਾ ਹੈ ਅਤੇ ਬਾਕੀ ਧੀਆਂ ਪੁੱਤਾਂ ਨਾਲ ਉਹ ਅੜਬ ਹੈ। ਇਸੇ ਤਰ੍ਹਾਂ ਆਸੀਸ ਪੁੱਤ ਮਾਂ ਦਾ ਬਾਹਲਾ ਖਿਆਲ ਰੱਖਦਾ ਹੈ ਅਤੇ ਬਾਕੀ ਧੀਆਂ ਪੁੱਤ ਜ਼ਮੀਨ ਜਾਇਦਾਦ ਦੇ ਲਾਲਚੀ ਹਨ। ਅੰਤ ਤੱਕ ਨਾ ਲਾਲਚੀ ਧੀਆਂ ਪੁੱਤ ਬਦਲਦੇ ਨੇ, ਨਾ ਮਾਂ ਦਾ ਉਹਨਾਂ ਪ੍ਰਤੀ ਅੜਬ ਪੁਣਾ ਬਦਲਦਾ। ਇੱਥੋਂ ਤੱਕ ਕਿ ਮਾਂ ਲਾਲਚੀ ਬੱਚਿਆਂ ਨੂੰ ਬਦਲਣ ਲਈ ਕੋਈ ਕੋਸ਼ਿਸ਼ ਕਰਦੀ ਵੀ ਨਜ਼ਰ ਨਹੀਂ ਆਉਂਦੀ, ਅਤੇ ਬੱਚੇ ਵੀ ਭਾਵੇਂ ਵਾਧੂ ਜ਼ਮੀਨ ਦੇ ਲਾਲਚ ਵਿੱਚ ਹੀ ਸਹੀ ਥੋੜ੍ਹੇ ਜਿਹੇ ਵੀ ਬਦਲਣ ਦੀ ਕੋਸ਼ਿਸ਼ ਕਰਦੇ ਨੇ, ਬਲਕਿ ਅੰਤ ਵਿੱਚ ਸਿੱਧੇ ਆ ਕੇ ਜ਼ਮੀਨ ਮੰਗ ਲੈਂਦੇ ਨੇ। ਜੇ ਕੋਈ ਬਦਲਦਾ ਤਾਂ ਆਸੀਸ, ਪਹਿਲਾਂ ਉਹ ਬਾਕੀ ਭੈਣ ਭਾਈਆਂ ਨੂੰ ਸਿਰ 'ਤੇ ਬਿਠਾਉਂਦਾ ਅਤੇ ਅੰਤ ਵਿੱਚ ਉਸਦਾ ਵਿਹਾਰ ਦੇਖਣ ਵਾਲਾ, ਜਾਂ ਫਿਰ ਬਦਲਦਾ ਆਸੀਸ ਦਾ ਨਾਨਾ। ਇਹ ਤਬਦੀਲੀ ਵੀ ਮਹਿਸੂਸ ਕਰਨ ਵਾਲੀ ਹੈ। ਦੂਜੀ ਵੱਡੀ ਸਮੱਸਿਆ ਰਾਣਾ ਰਣਬੀਰ ਦੇ ਕਿਰਦਾਰ ਦੀ ਮੈਨੂੰ ਲੱਗਦੀ ਹੈ ਉਹਨਾਂ ਦਾ ਸਿੰਗਲ ਲੇਅਰਡ ਹੋਣਾ। ਜਿਹੜੇ ਕਿਰਦਾਰ ਚੰਗੇ ਨੇ ਉਹ ਇੰਨੇ ਜ਼ਿਆਦਾ ਚੰਗੇ ਨੇ ਕਿ ਉਹਨਾਂ 'ਚ ਕੋਈ ਖਾਮੀ ਹੈ ਹੀ ਨਹੀਂ, ਅਤੇ ਜਿਹੜੇ ਬੁਰੇ ਨੇ ਉਹ ਇੰਨੇ ਬੁਰੇ ਨੇ ਕਿ ਦੂਰ ਦੂਰ ਤੱਕ ਉਹਨਾਂ 'ਚ ਚੰਗਿਆਈ ਦਾ ਨਾਮੋ ਨਿਸ਼ਾਨ ਨਜ਼ਰ ਹੀ ਨਹੀਂ ਆਉਂਦਾ, ਜੋ ਰਿਅਲਿਸਟਿਕ ਨਹੀਂ ਲੱਗਦਾ ਅਤੇ ਅੱਜ ਕੱਲ੍ਹ ਦੀਆਂ ਫਿਲਮਾਂ 'ਚ ਘੱਟੋ ਘੱਟ ਇਹ ਨਹੀਂ ਚੱਲਦਾ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਲੇਖਕ ਰਾਣੇ ਨੇ ਆਪਣੇ ਪਾਤਰ ਆਸੀਸ ਦੇ ਕਿਰਦਾਰ ਦੇ ਸਾਰੇ ਸ਼ੇਡਸ ਦਿਖਾਉਣ ਉੱਤੇ ਸਾਰਾ ਜ਼ੋਰ ਲਾ ਦਿੱਤਾ, ਜਿਸ ਕਰਕੇ ਬਾਕੀ ਕਿਰਦਾਰਾਂ ਲਈ ਟਾਈਮ ਬਚੇ ਹੀ ਨਹੀਂ। ਅਗਲੀ ਵੱਡੀ ਸਮੱਸਿਆ ਹਰ ਕਿਰਦਾਰ ਦਾ ਪ੍ਰਵਚਨੀ ਹੋਣਾ। ਆਸੀਸ, ਆਸੀਸ ਦੀ ਬੀਬੀ, ਰੇਸ਼ਮ, ਸੇਵਕ, ਇਹ ਸਾਰੇ ਬੁੱਧੀਜੀਵੀਆਂ ਵਾਂਗ ਹਰ ਸੀਨ ਵਿੱਚ ਪ੍ਰਵਚਨ ਹੀ ਦਿੰਦੇ ਰਹਿੰਦੇ ਨੇ। ਇੱਥੋਂ ਤੱਕ ਕਿ ਸੁਹਾਗ ਰਾਤ ਵੇਲੇ ਵੀ ਰੇਸ਼ਮ ਆਸੀਸ ਨੂੰ ਪ੍ਰਵਚਨ ਦਿੰਦੀ ਹੈ। ਜਿੰਨੇ ਸਧਾਰਨ ਜ਼ਿੰਦਗੀ ਵਾਲੇ ਕਿਰਦਾਰ ਨੇ ਉਹਨਾਂ ਦੀਆਂ ਗੱਲਾਂ ਅਤੇ ਸ਼ਬਦਾਵਲੀ ਦੋਵੇਂ ਹੀ ਉਹਨਾਂ ਨਾਲ ਮੈਚ ਨਹੀਂ ਕਰਦੇ। ਪਿੰਡਾਂ ਵਾਲੇ ਵੀ ਸਿਆਣੀਆਂ ਗੱਲਾਂ ਕਰਦੇ ਨੇ, ਪਰ ਉਹਨਾਂ ਦੀ ਭਾਸ਼ਾ ਕਾਵਿ ਗ੍ਰੰਥਾਂ ਵਾਲੀ ਨਹੀਂ ਹੁੰਦੀ।
ਇਸ ਕਰਕੇ ਲੇਖਕ ਰਾਣਾ ਆਪ ਵੀ ਆਪਣੇ ਕਿਰਦਾਰਾਂ ਵਿੱਚੋਂ ਬੋਲਦਾ ਨਜ਼ਰ ਆਉਂਦਾ ਹੈ। ਡਾਇਰੈਕਸ਼ਨ ਦੇ ਮਾਮਲੇ ਵਿੱਚ ਸਕਰੀਨ ਪਲੇਅ ਨੂੰ ਪਰਦੇ ਉੱਤੇ ਉਤਾਰਨ ਦੀ ਰਾਣਾ ਰਣਵੀਰ ਨੇ ਭਰਪੂਰ ਕੋਸ਼ਿਸ਼ ਕੀਤੀ ਹੈ। ਕਹਾਣੀ ਦੀ ਮੰਗ ਅਨੁਸਾਰ ਸੀਨ, ਐਕਸ਼ਨ ਅਤੇ ਡਾਇਲੋਗ ਵਧੀਆ ਜੋੜੇ ਗਏ ਨੇ ਸਫਲਤਾ ਨਾਲ। ਕਹਾਣੀ ਕਿਤੋਂ ਵੀ ਟੁੱਟਦੀ ਨਹੀਂ, ਪਰ ਇੱਕ ਤਾਂ ਬਹੁਤ ਜ਼ਿਆਦਾ ਸਿਨੇਮੈਟਿਕ ਲਿਬਰਟੀ, ਕਈ ਥਾਵਾਂ ਜਿਸ ਤੋਂ ਬਿਨਾਂ ਸਰ ਸਕਦਾ ਸੀ। ਦੂਜਾ, ਰਫ਼ਤਾਰ, ਜ਼ੋਰਦਾਰ ਸ਼ੁਰੂਆਤ ਤੋਂ ਬਾਅਦ ਅਤੇ ਸੈਕਿੰਡ ਹਾਫ ਵਿੱਚ ਆਪਣੇ ਵਿਆਹ ਦੀ ਗਾਥਾ ਸੁਣਾਉਣ ਦੇ ਸੀਕੁਐਂਸ ਵਿੱਚ ਰਫ਼ਤਾਰ ਡਾਊਨ ਹੁੰਦੀ ਹੈ। ਰਾਣੇ ਨੇ ਇਹਨਾਂ ਨੂੰ ਐਂਟਰਟੇਨਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਜੇ ਥੋੜ੍ਹੀ ਰਫ਼ਤਾਰ ਹੁੰਦੀ ਤਾਂ ਹੋਰ ਵੀ ਮਜ਼ਬੂਤ ਪਕੜ ਹੋਣੀ ਸੀ। ਐਕਟਿੰਗ ਦੇ ਮਾਮਲੇ ਵਿੱਚ ਰਾਣਾ ਰਣਵੀਰ ਨੇ ਸ਼ਾਇਦ ਆਪਣੇ ਆਪ ਨੂੰ ਪਹਿਲੀ ਵਾਰ ਇੰਨੇ ਸਾਰੇ ਸ਼ੇਡਸ ਪਰਦੇ ਉੱਤੇ ਉਤਾਰਨ ਦਾ ਮੌਕਾ ਦਿੱਤਾ ਹੈ। ਐਕਸ਼ਨ ਛੱਡ ਕੇ ਬਾਕੀ ਸਾਰੇ ਸ਼ੇਡਸ ਰਾਣੇ ਨੇ ਆਸੀਸ ਦੇ ਰੂਪ ਵਿੱਚ ਬਾਖੂਬੀ ਨਿਭਾਏ ਨੇ। ਇਸ ਤੋਂ ਬਾਅਦ ਰਾਣਾ ਰਣਵੀਰ ਨੂੰ ਆਪਣੇ ਅਗਲੇ ਕਿਰਦਾਰ ਵੀ ਸੋਚ ਸਮਝ ਕੇ ਚੁਣਨੇ ਪੈਣਗੇ ਅਤੇ ਆਪਣੀ ਪਬਲਿਕ ਇਮੇਜ ਉੱਤੇ ਵੀ ਕੰਮ ਕਰਨਾ ਪਵੇਗਾ। ਮਾਂ ਦੇ ਕਿਰਦਾਰ ਵਿੱਚ ਰੁਪਿੰਦਰ ਰੂਪੀ ਨੇ ਜਾਨ ਪਾ ਦਿੱਤੀ ਹੈ ਅਤੇ ਮਾਸੀ ਦੇ ਕਿਰਦਾਰ ਵਿੱਚ ਸੀਮਾ ਕੌਸ਼ਲ ਵੀ ਖਰੀ ਉਤਰਦੀ ਹੈ। ਕੁਲਜਿੰਦਰ ਸਿੱਧੂ ਵੀ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ ਅਤੇ ਆਪਣੇ ਪੂਰੇ ਕਿਰਦਾਰ ਵਿੱਚ ਲੱਗਿਆ। ਸਰਦਾਰ ਸੋਈ ਤਾਂ ਫਿਰ ਹਨ ਹੀ ਸਰਦਾਰ ਸੋਈ, ਅਤੇ ਉਹਨਾਂ ਦਾ ਸਰਦਾਰ ਸੋਈ ਵਾਲਾ ਅੰਦਾਜ਼ ਦੇਖਣ ਨੂੰ ਮਿਲਿਆ। ਹੈਰਾਨ ਕਰਦਾ ਹੈ ਪ੍ਰਦੀਪ ਸਰਾਂ, ਉਸਨੇ ਆਪਣਾ ਕਿਰਦਾਰ ਕੌਨਫੀਡੈਂਸ ਨਾਲ ਹੈਂਡਲ ਕੀਤਾ ਹੈ ਅਤੇ ਸੰਵਾਦ ਅਦਾਇਗੀ ਵਿੱਚ ਲਾਜਵਾਬ ਰਿਹਾ ਹੈ। ਐਕਸਪ੍ਰੈਸ਼ਨ ਵਿੱਚ ਹੋਰ ਨਿਖਾਰ ਆ ਸਕਦਾ ਹੈ, ਪਰ ਕਿਰਦਾਰ ਦੇ ਹਿਸਾਬ ਨਾਲ ਠੀਕ ਰਹੇ। ਸੈਮੂਅਲ ਜੌਨ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦਾ ਹੈ ਅਤੇ ਨੇਹਾ ਪਵਾਰ ਬਸ ਠੀਕ ਠਾਕ ਹੈ। ਵਿਜੇ ਟੰਡਨ ਅਤੇ ਮਲਕੀਤ ਰਾਣੀ ਤੋਂ ਇਲਾਵਾ ਬਾਕੀ ਸਾਰੇ ਹੀ ਕਿਰਦਾਰ ਨਕਲੀ ਨਕਲੀ ਲੱਗੇ। ਅਵਰਿੰਦਰ ਕੌਰ ਦਾ ਤਾਂ ਲਗਭਗ ਹਰ ਸੀਨ ਵਿੱਚ ਹੀ ਮੇਕਅਪ ਓਵਰ ਲੱਗਾ। ਸਿਨੇਮੈਟੋਗ੍ਰਾਫੀ ਅਤੇ ਐਡੀਟਿੰਗ ਫਿਲਮ ਦੀ ਲੋੜ ਅਨੁਸਾਰ ਮਾਹੌਲ ਸਿਰਜਣ ਵਿੱਚ ਕਾਮਯਾਬ ਰਹੇ। ਬੈਕਗ੍ਰਾਊਂਡ ਸਕੋਰ ਕੁਝ ਕੁਝ ਥਾਵਾਂ ਉੱਤੇ ਲਾਊਡ ਮਹਿਸੂਸ ਹੋਇਆ, ਪਰ ਓਵਰਆਲ ਕਹਾਣੀ ਦਾ ਫੀਲ ਬਣਾਈ ਰੱਖਣ ਵਿੱਚ ਠੀਕ ਠਾਕ ਰਿਹਾ। ਫਿਲਮ ਦੀ ਕਹਾਣੀ ਦੇ ਹਿਸਾਬ ਨਾਲ ਦੋ ਗੀਤ ਚੰਨ ਅਤੇ ਹਾਕਮ ਫਿੱਟ ਬੈਠਦੇ ਨੇ। ਸਿਰਫ ਮਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਨਹੀਂ, ਬਲਕਿ ਹਰ ਕੁੜੀ ਜਿਸਨੇ ਜ਼ਿੰਦਗੀ 'ਚ ਕਦੇ ਕਿਸੇ ਨੂੰ ਪਿਆਰ ਕੀਤਾ, ਹਰ ਉਸ ਮੁੰਡੇ ਨੂੰ ਜਿਸਨੇ ਕਦੇ ਕਿਸੇ ਕੁੜੀ ਨੂੰ ਘਰੋਂ ਭਜਾਉਣ ਬਾਰੇ ਸੋਚਿਆ, ਅਤੇ ਹਰ ਬਾਪ ਨੂੰ ਜਿਸ ਦੀਆਂ ਧੀਆਂ ਨੇ ਇਹ ਫਿਲਮ ਦੇਖ ਲੈਣੀ ਚਾਹੀਦੀ ਹੈ। ਜਿਹੜੇ ਸਿਰਫ ਐਂਟਰਟੇਨਮੈਂਟ 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 ਲਈ ਫਿਲਮਾਂ ਦੇਖਦੇ ਹਨ, ਉਹ ਵੀ ਟਰਾਈ ਕਰਕੇ ਦੇਖ ਸਕਦੇ ਨੇ, ਕੀ ਪਤਾ ਐਂਟਰਟੇਨਮੈਂਟ ਦੀ ਆਸੀਸ ਮਿਲੀ ਜਾਵੇ। ਸੋ ਆਸੀਸ ਦੀ ਜ਼ੋਰਦਾਰ ਸਟੋਰੀ ਟੈਲਿੰਗ ਲਈ ਮੇਰੇ ਵੱਲੋਂ 5 ਵਿੱਚੋਂ 3 ਸਟਾਰ। ਤੁਹਾਨੂੰ ਇਹ ਫਿਲਮ ਰਿਵਿਊ ਚੰਗਾ ਲੱਗੇ ਤਾਂ ਲਾਈਕ ਜ਼ਰੂਰ ਕਰਨਾ, ਯਾਦ ਨਾਲ ਦੋਸਤਾਂ ਨਾਲ ਸ਼ੇਅਰ ਕਰ ਦੇਣਾ, ਕਮੈਂਟਸ ਵਿੱਚ ਆਪਣਾ ਫੀਡਬੈਕ ਜ਼ਰੂਰ ਦੇਣਾ, ਅਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁਣੇ ਫਟਾਫਟ ਕਰ ਲਓ। ਇੱਕ ਹੋਰ ਫਿਲਮ ਦੇ ਰਿਵਿਊ ਨਾਲ ਫੇਰ ਆਵਾਂਗਾ, ਤਦ ਤੱਕ ਲਈ ਗੁੱਡ ਬਾਏ।